ਤੁਹਾਡੀ ਮਾਸੀ ਦਾ ਮੁੰਡਾ ਫੋਨ ਆਇਆ 9 ਤਰੀਕ ਨੂੰ 8 ਵਜੇ ਆਉਂਦਾ ਦੂਜਾ ਫੋਨ ਆਇਆ ਕਹਿੰਦਾ ਭੈਣ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਆਉਂਦਾ ਸਿਆਣਿਆ ਮੈਂ ਕਿਹਾ ਜਸਵੀਰ ਆ ਆਉਂਦਾ ਹਾਂ ਮੈਂ ਜਸਵੀਰ ਹਾਂ ਅਤੇ ਗੱਲਾਂ ਬਾਤਾਂ ਕਰਦਾ ਰਿਹਾ ਮੇਰਾ ਵੀਰ ਉੱਥੇ ਮਹਿਰਕਾ ਉਹਦਾ ਆਉਂਦਾ ਮੈਨੂੰ ਆਪਦੇ ਅਕਾਊਂਟ ਨੰਬਰ ਦਿਓ ਮੈਂ ਪੈਸੇ ਪਾਉਣ ਲੱਗਾ ਅਤੇ ਪਾ ਕੇ ਅਤੇ ਸਾਨੂੰ ਝੂਠੀ ਫੋਟੋ ਖਿੱਚ ਕੇ ਪਾ ਦਿੱਤੀ ਆ ਕਿ ਤੁਹਾਡੇ ਖਾਤੇ 'ਚ ਮੈਂ ਪੈਸੇ ਪਾ ਦਿੱਤੇ ਅਤੇ ਤੁਹਾਡੇ 4 ਘੰਟਿਆਂ 'ਚ ਆਉਣਗੇ 8 ਵਜੇ ਫੋਨ ਆਇਆ ਸਾਨੂੰ ਪਹਿਲਾਂ ਅਕਾਊਂਟ ਨੰਬਰ ਲੈ ਲਏ ਸਾਡੇ ਅਕਾਊਂਟ ਨੰਬਰ ਲੈ ਕੇ ਸਾਰਾ ਕੁਝ ਲੈ ਕੇ ਅਤੇ ਮੁੜ ਕੇ ਕਹਿੰਦਾ ਮੈਂ ਪੈਸੇ ਪਾਉਣ ਲੱਗਾ ਭੈਣ ਤੁਹਾਨੂੰ ਗਾਂ ਸਾਡੇ ਘਰੇ ਨਾ ਕੋਈ ਗੱਲ ਕਰਿਓ ਕਿਸੇ ਕੋਲ ਰਿਸ਼ਤੇਦਾਰ ਆਂਢ ਗੁਆਂਢ ਕਿਸੇ ਕੋਲ ਆਪਣੇ 'ਚ ਹੀ ਗੱਲ ਰਹਿਣੀ ਆ ਉਹ ਕਹਿੰਦੀ ਠੀਕ ਆ ਮੈਨੂੰ ਕਹਿੰਦਾ ਮੁੜ ਕੇ ਪੈਸੇ ਕਢਾ ਲਿਓ ਬਾਅਦ 'ਚ ਮੁੜ ਕੇ ਦੂਸਰੇ ਕਹਿੰਦਾ ਮੈਨੂੰ 6.5 ਲੱਖ ਰੁਪਈਆ ਅੱਜ ਭੈਣ 11-12 ਵਜੇ ਤੱਕ ਪਾਓ 3.5 ਲੱਖ ਰੁਪਈਆ ਹੀ ਪਾਇਆ ਮੁੜ ਕੇ ਉੱਥੋਂ ਭਨੇਵੇਂ ਤੋਂ ਮੈਂ ਭਰੋਈ ਭਰੋ ਫੜ ਕੇ ਗਏ ਫਿਰ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਠੱਗੀ ਸਾਡੇ ਨਾਲ ਵੱਜ ਗਈ ਆ ਸਾਨੂੰ ਫਿਰ ਇਹਦੀ ਭੈਣ ਉੱਥੇ ਫੋਨ ਪਾਉਣ ਆਉਂਦਾ ਸਾਨੂੰ ਚਿਰ ਦਾ ਫੋਨ ਲਾਇਆ ਉਹਨੇ ਕਹਿੰਦੀ ਨੰਬਰ ਚੈੱਕ ਕਰ ਲਈਏ ਨੰਬਰ ਚੈੱਕ ਕੀਤਾ ਅਤੇ ਕਹਿੰਦੀ ਕੀ ਨਾਮ ਭੈਣ ਜੀ ਤੁਹਾਡਾ ਅਤੇ ਤੁਹਾਡੇ ਨਾਲ ਠੱਗੀ ਜਿਹੜੀ ਹੋਈ ਆ ਕਿਸ ਤਰ੍ਹਾਂ ਹੋਈ ਆ ਤੁਹਾਡੀ ਮਾਸੀ ਦਾ ਮੁੰਡਾ ਫੋਨ ਆਇਆ 9 ਤਰੀਕ ਨੂੰ 8 ਵਜੇ ਆਉਂਦਾ ਦੂਜਾ ਫੋਨ ਆਇਆ ਕਹਿੰਦਾ ਭੈਣ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਆਉਂਦਾ ਸਿਆਣਿਆ ਮੈਂ ਕਿਹਾ ਜਸਵੀਰ ਆ ਆਉਂਦਾ ਹਾਂ ਮੈਂ ਜਸਵੀਰ ਹਾਂ ਅਤੇ ਗੱਲਾਂ ਬਾਤਾਂ ਕਰਦਾ ਰਿਹਾ ਮੇਰਾ ਵੀਰ ਉੱਥੇ ਮਹਿਰਕਾ ਉਹਦਾ ਉਹਨੂੰ ਪੁੱਛਿਆ ਨਾ ਉਹਦੇ ਸੁੱਖ ਸਾਨ ਪੁੱਛੀ ਮੈਂ ਮੇਰੇ ਮਾਸੀ ਨਾਲ ਮਾਸੀ ਦੀ ਪੋਤਰੀ ਗਈ ਆ ਮੇਰੇ ਵੀਰ ਨਾਲ ਅਤੇ ਉਹਦਾ ਪੁੱਛਿਆ ਆਉਂਦਾ ਠੀਕ ਠਾਕ ਸਾਰੇ ਪੁੱਛ ਕੇ ਅਤੇ ਮੁੜ ਕੇ ਆਉਂਦਾ ਤੁਹਾਡੇ ਗੋਚਰ ਮੈਨੂੰ ਇੱਥੇ ਕਹਿੰਦੇ ਆ ਅਤੇ ਮੈਂ ਦੱਸ ਅਤੇ ਆਉਂਦਾ ਮੈਨੂੰ ਆਪਦੇ ਅਕਾਊਂਟ ਨੰਬਰ ਦਿਓ ਮੈਂ ਪੈਸੇ ਪਾਉਣ ਲੱਗਾ ਅਤੇ ਪਾ ਕੇ ਅਤੇ ਸਾਨੂੰ ਝੂਠੀ ਫੋਟੋ ਖਿੱਚ ਕੇ ਪਾ ਦਿੱਤੀ ਆ ਵੀ ਤੁਹਾਡੇ ਖਾਤੇ 'ਚ ਮੈਂ ਪੈਸੇ ਪਾ ਦਿੱਤੇ ਤੁਹਾਡੇ 4 ਘੰਟਿਆਂ 'ਚ ਆਉਣਗੇ ਅਤੇ ਤੁਸੀਂ ਉਹ ਬੈਂਕ ਚੈੱਕ ਨਾ ਕਰਵਾਏ ਵੀ ਸਾਡੇ ਖਾਤੇ 'ਚ ਬੈਂਕ 'ਚ ਪੈਸੇ ਆਏ ਵੀ ਆ ਜਾਂ ਨਹੀਂ ਆਏ ਨਹੀਂ ਜੀ ਉਹਨਾਂ ਨੇ 4 ਘੰਟਿਆਂ ਤੋਂ ਬਾਅਦ ਕਿਹਾ ਸੀ ਆਉਣੇ ਸਾਨੂੰ ਜਿਸ ਤਰ੍ਹਾਂ ਬੈਂਕ 'ਚੋਂ ਫੋਨ ਵੀ ਆਇਆ ਵੀ ਜਿੱਥੋਂ ਉਹਨੇ ਪਾਏ ਹੋਣ ਚਾਹੇ ਉਹਨੇ ਪਾ ਕੇ ਉਦੋਂ ਕਢਾ ਲਏ ਸਾਨੂੰ ਕੀਤਾ ਵੀ ਕੀ ਸਾਡੇ ਨਾਲ ਬਣਿਆ ਅਸੀਂ ਇਹੋ ਜਿਹੇ ਵੇਰਵੇ ਜਾਣਦੇ ਅਤੇ ਕਹਿੰਦਾ ਵਾ ਵੀ ਦੂਜਾ ਇਹ ਤੁਹਾਡੇ 4 ਘੰਟੇ ਜਾਣਗੇ ਅਤੇ ਮੇਰੇ ਏਜੰਟ ਦਾ ਕੋਈ ਬੰਦਾ ਵਾ ਅਤੇ ਉਹਦੀ ਨਾ ਹਾਲਤ ਬੜੀ ਸੀਰੀਅਸ ਆ ਅਤੇ ਉਹਦਾ ਪ੍ਰੇਸ਼ਨ ਨਹੀਂ ਇਹ ਪੈਸੇ ਤੁਹਾਨੂੰ ਪਾ ਕੇ ਅਤੇ ਉਸੇ ਦਿਨ ਫਿਰ ਫੋਟੋ ਖਿੱਚ ਕੇ ਹਾਂਜੀ ਉਦੋਂ ਹੀ ਪਵਾ ਦਿੱਤੀ ਸਾਨੂੰ ਉਹ ਤੁਹਾਨੂੰ ਕਿੰਨੇ ਚਿਰ ਬਾਅਦ ਪੈਸੇ ਪਵਾਉਣ ਆਪਣੇ ਖਾਤੇ 'ਚ ਪਵਾਉਣ ਵਾਸਤੇ ਕਿੰਨੇ ਚਿਰ ਬਾਅਦ ਫਿਰ ਉਹਨਾਂ ਕਿਹਾ ਆਪ ਘੰਟਾ ਕੁ ਬਾਅਦ ਉਹਨਾਂ ਕਹਿਤਾ ਵੀ ਤੁਹਾਡੇ ਖਾਤੇ 'ਚ ਪੈਸੇ ਪਾ ਦਿਓ ਵੀ 4 ਘੰਟਿਆਂ ਤੋਂ ਬਾਅਦ ਆਉਂਦੇ ਹਾਂ ਅਤੇ ਮੈਨੂੰ ਜ਼ਰੂਰੀ ਲੋੜ ਮੇਰਾ ਨਾ ਮੈਂ ਤੁਹਾਨੂੰ ਕਦੀ ਵਿਗਾੜ ਨਹੀਂ ਪਾਈ ਮੇਰਾ ਟਾਈਮ ਸਾਰੋ ਅਤੇ ਅਸੀਂ 3.5 ਲੱਖ ਨਨਾਨ ਮੇਰੀ ਇੱਥੋਂ ਪਰੋਈ ਪਰੋ ਤੋਂ ਪਵਾ ਕੇ 2 ਲੱਖ ਅਸੀਂ ਅਗਲੇ ਦਿਨ ਪੜ੍ਹ ਕੇ ਲਿਆਉਂਦਾ ਮੱਦਰਾਂ ਤੋਂ ਉਹ 11 ਤਰੀਕ ਨੂੰ ਪਾਏ ਆ ਅਤੇ 1 ਲੱਖ ਰੁਪਈਆ ਅਸੀਂ 12 ਤਰੀਕ ਨੂੰ ਪਾਇਆ ਵਾ ਅਤੇ ਸਾਨੂੰ ਪਤਾ ਵੀ ਇਹ ਠੱਗਾਂ ਨੂੰ 12 ਤਰੀਕ ਨੂੰ ਪਤਾ ਬਾਅਦ 'ਚ ਪਤਾ ਲੱਗਾ ਜਦੋਂ ਮੈਂ ਆਪਣੀ ਭੈਣ ਨੂੰ ਰਿਕਾਰਡਿੰਗ ਪਾਈ ਆ ਵੀ ਆ ਜਸਵੀਰ ਦਾ ਫੋਨ ਆ ਅਤੇ ਇਸ ਤਰ੍ਹਾਂ ਉਹ ਪੈਸੇ ਅੱਡ ਤੋਂ ਪਵਾਈ ਜਾਣ ਡਿਆ ਅਸੀਂ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਛੱਡਿਆ ਅਤੇ ਉਹਦੇ ਜਿਹੜੇ ਉਹਨੇ ਪੈਸੇ ਪਾਏ ਉਹ ਸਾਡੇ ਖਾਤੇ 'ਚ ਆਏ ਨਹੀਂ ਆ ਅਤੇ ਉਹਨੇ ਮੈਨੂੰ ਕਿਹਾ ਵੀ ਇਹ ਜਸਵੀਰ ਨਹੀਂ ਆ ਅਤੇ ਜਦੋਂ ਉਹਨੇ ਕਿਹਾ ਇਹ ਜਸਵੀਰ ਨਹੀਂ ਆ ਅਤੇ ਮੇਰੇ 'ਤੇ ਇਹ ਕਿੱਥੋਂ ਦੀ ਆ ਬੈਂਕ ਜਿਹੜੀ ਤੁਹਾਨੂੰ ਪਤਾ ਲੱਗਾ ਵੀ ਕਿਹੜੀ ਜਗ੍ਹਾ ਦੀ ਬੈਂਕ ਹੈ ਕਿਹੜੇ ਅਕਾਊਂਟ 'ਚ ਪਏ ਯੂਪੀ ਦਾ ਹੀ ਕਰਤਾ ਅਸੀਂ ਤਾਂ ਇਹੋ ਹੀ ਆਉਂਦੇ ਹਾਂ ਵੀ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਜੇ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ ਅਤੇ ਸਾਨੂੰ ਇਨਸਾਫ਼ ਮਿਲੇ ਅਸੀਂ ਰਿਸ਼ਤੇਦਾਰਾਂ ਤੋਂ ਫੜ ਫੜ ਕੇ ਪਾਏ ਘੜੀ ਘੜੀ ਦੇ ਬੁਲਾ ਤੇ ਸਾਡੇ ਸਿਰ 'ਤੇ ਅੱਗੇ ਬੜਾ ਕਰਜ਼ਾ ਅਤੇ ਆ ਜਿਹੜੀ ਤੁਹਾਡੇ ਨਾਲ ਬੈਂਕ ਫਰਾਡ ਹੋਇਆ ਵਾ ਕਿੰਨੇ ਪੈਸਿਆਂ ਦਾ ਹੋਇਆ ਵਾ ਟੋਟਲ 6.5 ਲੱਖ ਦਾ ਵੀਰ ਜੀ 6.5 ਲੱਖ ਰੁਪਈਏ ਦਾ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ 8 ਵਜੇ ਫੋਨ ਆਇਆ ਸਾਨੂੰ ਕਿੰਨੀ ਤਰੀਕ ਨੂੰ 9 ਤਰੀਕ ਨੂੰ ਆਇਆ 9 ਫਰਵਰੀ ਨੂੰ 9 ਫਰਵਰੀ ਨੂੰ ਆਇਆ ਘਰ ਦੀ ਨੇ ਚੁੱਕੇ ਅਮਰਜੀਤ ਕੌਰ ਨੇ ਅੱਛਾ ਤੜਕੇ ਰੋਟੀਆਂ ਪਕਾਉਣ ਲਈ ਮੈਂ ਥੱਲੇ ਡੰਗਰ ਲਾ ਅੱਛਾ ਉਹ ਮੁੜ ਕੇ ਕਹਿੰਦੀ ਮਾਮੇ ਦਾ ਫੋਨ ਆਉਣ ਡਿਆ ਗੁੱਡੀ ਜਾਂਦੀ ਆ ਘਰ ਦੀ ਨੇ ਗੱਲ ਕੀਤੀ ਆ ਕਹਿੰਦਾ ਭੈਣ ਸਤਿ ਸ਼੍ਰੀ ਅਕਾਲ ਕਹਿੰਦੀ ਸਤਿ ਸ਼੍ਰੀ ਅਕਾਲ ਕਹਿੰਦੀ ਪਛਾਣ ਲਏ ਹਾਂ ਦੀ ਜਸਵੀਰ ਹੀ ਆ ਤੂੰ ਤੇ ਮਾਸੀ ਦਾ ਮੁੰਡਾ ਹੋਰ ਕੌਣ ਆ ਹਾਂ ਭੈਣ ਮੈਂ ਉਹੀ ਹਾਂ ਮੁੜ ਕੇ ਕਹਿੰਦਾ ਹੋਰ ਬਾਲ ਬੱਚਿਆਂ ਦਾ ਕੀ ਹਾਲ ਆ ਬਾਲ ਬੱਚਾ ਗੁੱਡੀ ਦਾ ਪੁੱਛਿਆ ਮੁੰਡਾ 12 ਕਰਕੇ ਇਸ ਤਰ੍ਹਾਂ ਨਾ ਫੜ ਫੁੜ ਕੇ ਆਉਣਾ ਫੜ ਤੜ ਕੇ ਇਹ ਜਸਵੀਰ ਕੋਈ ਤੁਹਾਡਾ ਹੈਗਾ ਵਾ ਕੋਈ ਰਿਸ਼ਤੇਦਾਰ ਕੋਈ ਹਾਂਜੀ ਮਾਸੀ ਦਾ ਮੁੰਡਾ ਹੈ ਕਿੱਥੇ ਕਿਹੜੀ ਜਗ੍ਹਾ USA ਅਮਰੀਕਾ ਹੀ ਆ ਅੱਛਾ ਜੀ ਫਿਰ ਕੀ ਕਹਿੰਦਾ ਕਹਿੰਦਾ ਭੈਣ ਮੈਂ ਜਸਵੀਰ ਹੀ ਹਾਂ ਭੈਣ ਮੈਨੂੰ ਨਾ ਅੱਜ ਮਜਬੂਰੀ ਪੈ ਗਈ ਆ ਅਤੇ ਪਹਿਲਾਂ ਅਕਾਊਂਟ ਨੰਬਰ ਲੈ ਲਏ ਸਾਡੇ ਅਕਾਊਂਟ ਨੰਬਰ ਲੈ ਕੇ ਸਾਰਾ ਕੁਝ ਲੈ ਕੇ ਅਤੇ ਮੁੜ ਕੇ ਕਹਿੰਦਾ ਮੈਂ ਪੈਸੇ ਪਾਉਣ ਲੱਗਾ ਭੈਣ ਤੁਹਾਨੂੰ ਗਾਂ ਸਾਡੇ ਘਰੇ ਨਾ ਕੋਈ ਗੱਲ ਕਰਿਓ ਕਿਸੇ ਕੋਲ ਰਿਸ਼ਤੇਦਾਰ ਆਂਢ ਗੁਆਂਢ ਕਿਸੇ ਕੋਲ ਆਪਣੇ 'ਚ ਹੀ ਗੱਲ ਰਹਿਣੀ ਆ ਉਹ ਕਹਿੰਦੀ ਠੀਕ ਆ ਮੈਨੂੰ ਕਹਿੰਦਾ ਮੁੜ ਕੇ ਪੈਸੇ ਕਢਾ ਲਿਓ ਬਾਅਦ 'ਚ ਮੁੜ ਕੇ ਦੂਸਰੇ ਕਹਿੰਦਾ ਮੈਨੂੰ 6.5 ਲੱਖ ਰੁਪਈਆ ਅੱਜ ਭੈਣ 11-12 ਵਜੇ ਤੱਕ ਪਾਓ
ਸਾਢੇ 3 ਲੱਖ ਰੁਪਈਆ ਹੀ ਪਾਇਆ ਮੁੜ ਕੇ ਉੱਥੋਂ ਭਨੇਵੇਂ ਤੋਂ ਮੈਂ ਭਰੋਈ ਭਰੋ ਫੜ ਕੇ ਕਿਸੇ ਤੋਂ ਇਹ ਕਿੰਨੀ ਤਰੀਕ ਨੂੰ ਪਾਇਆ ਤੁਸੀਂ 3.5 ਲੱਖ ਇਹ 9 ਤਰੀਕ ਨੂੰ ਪਾਇਆ 9 ਫਰਵਰੀ ਨੂੰ ਹਾਂ 9 ਨੂੰ ਪਾਇਆ ਮੁੜ ਕੇ ਇਹਦੇ 12 ਵਜੇ ਬਾਕੀ 12 ਤਰੀਕ ਨੂੰ ਫੇਰ ਪਾਇਆ ਸਾਨੂੰ ਕਿਸੇ ਦੀ 12 ਤਰੀਕ ਨੂੰ ਕਿੰਨੇ ਪੈਸੇ ਪਾਏ ਫਿਰ 3.5 ਲੱਖ ਰੁਪਈਆ ਉਸੇ ਅਕਾਊਂਟ 'ਚ ਹੀ ਪਾਏ ਤੁਸੀਂ ਫਿਰ ਉਸੇ ਅਕਾਊਂਟ 'ਚ ਕੋਲੋਂ ਨਕਦ ਪੈਸੇ ਦੇ ਕੇ ਤੁਸੀਂ ਪਵਾਏ ਹਾਂ ਕਿਹੜੀ ਬੈਂਕ 'ਚੋਂ ਪਵਾਈ ਤੁਸੀਂ ਇਹ ਕੱਚਾ ਪੱਕੇ ਵਾਲੀ 'ਚੋਂ ਅਤੇ ਇੱਕ ਸਿੱਧ ਦਿਆਲਪੁਰ ਬੈਂਕ ਲਾਖੇ 'ਚੋਂ ਪਾਇਆ ਜੀ ਹਾਂਜੀ ਅਤੇ ਹੋਰ ਕਿੰਨੇ ਪਏ ਅਗਲੀ 3.5 ਉੱਥੋਂ ਪਵਾ ਤਾ 3 ਇੱਥੋਂ ਪੈ ਗਏ 6.5 ਲੱਖ ਰੁਪਈਆ ਪਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਠੱਗੀ ਸਾਡੇ ਨਾਲ ਵੱਜ ਗਈ ਆ ਸਾਨੂੰ ਫਿਰ ਇਹਦੀ ਭੈਣ ਉੱਥੇ ਫੋਨ ਪਾਉਣ ਆਉਂਦਾ ਸਾਨੂੰ ਚਿਰ ਦਾ ਫੋਨ ਲਾਇਆ ਉਹਨੇ ਕਹਿੰਦੀ ਵੀ ਨੰਬਰ ਚੈੱਕ ਕਰ ਲਈਏ ਨੰਬਰ ਚੈੱਕ ਕੀਤਾ ਅਤੇ ਕਹਿੰਦੀ ਉਹ ਜਸਵੀਰ ਨਹੀਂ ਗਾ ਭੈਣੇ ਠੱਗੀ ਖਾ ਬੈਠੀ ਤੋਂ ਅਸੀਂ ਤਾਂ ਉੱਥੇ ਮੁੜ ਕੇ ਉੱਥੇ ਡਿੱਗ ਪਈ ਕਰਦੀ ਨਾਲ ਹੀ